This program contains graphic material, including offensive language. Viewer discretion is advised. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਕੁਲਵੰਤ ਕੌਰ ਆ। ਮੇਰੇ ਪਿਤਾ ਜੀ ਦਾ ਨਾਂ ਸਰਦਾਰ ਬਖਸ਼ੀਸ਼ ਸਿੰਘ ਤੇ ਮੇਰੇ ਮਾਤਾ ਜੀ ਦਾ ਨਾਂ ਸੁਰਿੰਦਰ ਕੌਰ। ਤੇ ਮੇਰੇ ਦੋਨੇ ਹੀ ਮਾਤਾ ਜੀ ਤੇ ਪਿਤਾ ਜੀ ਪ੍ਰਿਜ਼ਨਰ ਰਹੇ ਆ ਇਨ 80 ਦੇ ਵਿੱਚ। 1978 ਦੇ ਵਿੱਚ ਅਸੀਂ ਵਿਸਾਖੀ ਸਮਾਗਮ ਤੇ ਜਾਣ ਲਈ ਤਿਆਰ ਹੋਏ ਸੀ। ਸਾਨੂੰ ਨਵੇਂ ਚੋਲੇ ਸਵਾ ਕੇ ਦਿੱਤੇ ਸੀ ਕਿ ਅਸੀਂ ਆਪਣੇ ਫੁੱਫੜ ਜੀ ਨੂੰ ਮਿਲਣਾ। ਸਾਨੂੰ ਬਹੁਤ ਚਾਅ ਸੀ। ਫੁੱਫੜ ਜੀ ਸਾਡੇ ਰਘਵੀਰ ਸਿੰਘ, ਪਿੰਡ ਪੱਗੂਪੁਰ, ਸਰਦਾਰ ਰਘਵੀਰ ਸਿੰਘ। ਜਦੋਂ ਅਸੀਂ ਉੱਥੇ ਪਹੁੰਚੇ ਹੀ ਹਾਂ ਤੇ ਕਹਿੰਦੇ ਗੋਲੀ ਚੱਲ ਗਈ ਤੇ ਅਸੀਂ ਆਪਣੇ ਫੁੱਫੜ ਜੀ ਨੂੰ ਦੇਖਿਆ, ਉਹ ਸ਼ਹੀਦ ਹੋ ਗਏ। ਪਹਿਲਾਂ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਤੇ ਅਸੀਂ ਉੱਤਰ ਕੇ ਬੱਸਾਂ 'ਚ ਉੱਤਰ ਰਿਕਸ਼ਿਆਂ ਵਿੱਚ ਅਸੀਂ ਜਾ ਰਹੇ ਸੀ ਜਿੱਥੇ ਸਮਾਗਮ ਹੋਣਾ ਸੀ। ਤੇ ਰੋਕੀ ਵਾਪਸ ਭੱਜ ਰਹੇ ਸੀ ਬੱਸ ਸਟੋਪ ਨੂੰ, ਕਹਿੰਦੇ ਗੋਲੀ ਚੱਲ ਗਈ। ਤੇ ਅਸੀਂ ਸਾਰਿਆਂ ਨੂੰ ਪੁੱਛੇ ਕੀ, ਕੋਈ ਦੱਸਦਾ ਨਹੀਂ ਸੀ, ਸਾਰੇ ਲੋਕੀ ਭੱਜੇ ਜਾਂਦੇ ਸੀ ਹਨਾ, ਮੇਰੀ ਮੈਮਰੀ ਦੇ ਅਨੁਸਾਰ। ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਹਫੜਾ ਦਫੜੀ ਮਚੀ ਹੋਈ ਸੀ, ਸੰਗਤਾਂ ਘਬਰਾਈਆਂ ਹੋਈਆਂ ਸੀ, ਪਰ ਕੀਰਤਨ ਚੱਲ ਰਿਹਾ ਸੀ ਹਨਾ। ਤੇ ਜਦੋਂ ਉੱਥੇ ਪੁੱਛਿਆ ਸੰਗਤਾਂ ਨੂੰ ਤੇ ਉਹ ਕਹਿੰਦੇ ਕਿ ਨਹੀਂ, ਰਘਵੀਰ ਸਿੰਘ ਮੇਰੇ ਪੰਜਾਂ ਪਿਆਰਿਆਂ 'ਚ ਸੇਵਾ ਕਰਦੇ ਸੀ ਭਾਈ ਸਾਹਿਬ ਜੀ। ਤੇ ਫਿਰ ਸਾਨੂੰ ਉੱਥੇ ਸਾਰਿਆਂ ਨੂੰ ਉੱਥੇ ਰਹਿਣ ਦਿੱਤਾ। ਮੇਰੇ ਮਾਤਾ ਜੀ, ਮੈਂ, ਮੇਰੇ ਦੋਨੇ ਵੱਡੇ ਭਰਾ ਤੇ ਮੇਰੇ ਭੂਆ ਜੀ, ਉਹਨਾਂ ਦੀਆਂ ਦੋਨੇ ਬੇਟੀਆਂ, ਇੱਕ 1.5 ਸਾਲ ਦੀ ਸੀ, ਇੱਕ 4 ਮਹੀਨਿਆਂ ਦੀ ਸੀ, ਸਾਨੂੰ ਉੱਥੇ ਰਹਿਣ ਦਿੱਤਾ। ਤੇ ਮੇਰੇ ਭੂਆ ਜੀ ਤੇ ਮੇਰੇ ਪਿਤਾ ਜੀ ਰਿਕਸ਼ੇ ਲੈ ਕੇ ਤਾਂ ਹਸਪਤਾਲਾਂ ਵਿੱਚ ਤੇ ਜਿੱਥੇ ਵੀ ਕੋਈ ਦੱਸ ਪਾਉਂਦਾ ਸੀ ਉਹ ਦੁਪਹਿਰ ਤੋਂ ਲੈ ਕੇ ਰਾਤ ਤੱਕ ਉਹਨਾਂ ਨੂੰ ਲੱਭਦੇ ਰਹੇ ਵੀ ਸਾਨੂੰ ਕਿਤੇ ਲੱਭ ਜਾਣ ਕਰਕੇ। ਫੁੱਫੜ ਜੀ ਚੱਕਰ ਪਾਉਂਦੇ ਹੁੰਦੇ ਸੀ ਦਮਾਲੇ ਉੱਪਰ ਤੇ ਕਿਸੇ ਨੇ ਦੱਸ ਪਾਈ ਸੀ ਵੀ ਉੱਥੇ ਇੱਕ ਸਿੰਘ ਫਲਾਨੀ ਜਗ੍ਹਾ ਤੇ, ਮੈਨੂੰ ਹੁਣ ਨਾਂ ਯਾਦ ਨਹੀਂ ਪਰ ਮਾਤਾ ਜੀ ਨੇ ਡਾਇਰੀ ਵਿੱਚ ਲਿਖਿਆ ਹੋਇਆ ਨਾਂ ਕਿ ਉੱਥੇ 2 ਸਿੰਘ ਸ਼ਹੀਦ ਪਏ ਆ, ਕਿਸੇ ਨੇ ਦੇਖੇ ਆ। ਫਿਰ ਇਹਨਾਂ ਨੂੰ ਲੇਟ ਜਾ ਕੇ ਉਹ ਲੱਭ ਗਏ ਸੀ ਤੇ ਉਹ ਸ਼ਹੀਦੀ ਰੂਪ ਵਿੱਚ ਉੱਥੇ ਪਏ ਸੀ। ਜਾਂਦਿਆਂ ਫਿਰ ਅਸੀਂ, ਮੈਨੂੰ ਲੱਗਦਾ ਉੱਥੇ ਰਾਤ ਰਹੇ ਹਾਂ, ਪਰ ਸਾਨੂੰ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਸੀ। ਤੇ ਉਸ ਤੋਂ ਬਾਅਦ ਬਾਕੀ ਮੈਨੂੰ ਤਾਂ ਪਤਾ ਨਹੀਂ ਉੱਥੇ ਕੀ ਹੋਇਆ, ਪਰ ਇੰਨਾ ਮੈਨੂੰ ਯਾਦ ਆ ਕਿ ਜਦੋਂ ਪਿੰਡ ਦੇ ਵਿੱਚ ਲੋਕੀ ਅਫਸੋਸ ਕਰਨ ਆਉਂਦੇ ਸੀ ਤੇ ਮੇਰੇ ਦਾਦਾ ਜੀ ਕੈਪਟਨ ਰਾਮ ਸਿੰਘ ਰਿਟਾਇਰਡ ਸੀ ਆਰਮੀ ਵਿੱਚੋਂ ਤੇ ਮੇਰੇ ਦਾਦੀ ਜੀ ਬੈਠੇ ਸੀ ਤੇ ਪੱਲੀਆਂ ਵਿਛਾਈਆਂ ਸੀ ਥੱਲੇ ਹਨਾ ਵਿਹੜੇ ਦੇ ਵਿੱਚ, ਤੇ ਪਿੰਡ ਦੇ ਲੋਕੀ ਅਫਸੋਸ ਕਰਨ ਆਉਂਦੇ ਸੀ ਤੇ ਬੁੱਢੀਆਂ ਆ ਕੇ ਰੋਂਦੀਆਂ ਸੀ ਹਨਾ। ਤੇ ਪਿਤਾ ਜੀ ਕਹਿੰਦੇ ਸੀ ਤੁਸੀਂ ਕਿਸੇ ਨੇ ਰੋਣਾ ਨੀ ਵੀ ਸਾਡਾ ਜਵਾਈ ਸ਼ਹੀਦ ਹੋਇਆ। ਤੇ ਲੋਕੀ ਹਟਦੇ ਨੇ, ਆਪਾਂ ਨੂੰ ਪਤਾ ਕਿ ਪਿੰਡਾਂ ਦੀਆਂ ਔਰਤਾਂ ਨਾ ਉਹ ਰੁਗਰਲਾਪ ਬਹੁਤ ਕਰਦੀਆਂ ਜਦੋਂ ਰੋਂਦੀਆਂ ਹਨਾ। ਤੇ ਫਿਰ ਦੂਸਰੇ ਦਿਨ ਪਿਤਾ ਜੀ ਨੇ ਜਾ ਕੇ ਪਿੰਡ ਦੇ ਸਪੀਕਰ ਵਿੱਚ ਅਨਾਊਂਸਮੈਂਟ ਕਰ ਦਿੱਤੀ ਸੀ ਕਿ ਜਿਨ੍ਹਾਂ ਨੇ ਸਾਡੇ ਘਰ ਆਉਣਾ ਆ ਆ ਕੇ ਸਾਨੂੰ ਵਧਾਈ ਦਿਓ ਕਿ ਤੁਹਾਡਾ ਜਵਾਈ ਕੌਮ ਦੀ ਖਾਤਰ ਸ਼ਹੀਦ ਹੋਇਆ ਆ, ਜਿਨ੍ਹਾਂ ਨੇ ਰੋਣਾ ਉਹ ਸਾਡੇ ਘਰ ਨਹੀਂ ਆਉਣਾ। ਤੇ ਮੇਰੇ ਖਿਆਲ ਅਨੁਸਾਰ ਕਿ ਨੋਰਮਲ ਪਰਸਨ ਜਿਹੜਾ ਉਹ ਇੰਨਾ ਵੱਡਾ ਸਦਮਾ ਬਰਦਾਸ਼ਤ ਨਹੀਂ ਕਰ ਸਕਦਾ, ਪਰ ਮੇਰੇ ਪਿਤਾ ਜੀ ਇੱਕ ਗੁਰੂ ਨਾਲ ਜੁੜੇ ਹੋਣ ਕਰਕੇ ਚੜ੍ਹਦੀ ਕਲਾ ਵਾਲੇ ਸਿੰਘ ਸੀ ਤੇ ਉਹ ਇੰਨੀ ਗੱਲ ਕਹਿ ਸਕਦੇ ਸੀ ਪਿੰਡ ਦੇ ਸਪੀਕਰ ਜਾ ਕੇ। ਫਿਰ ਉਸ ਤੋਂ ਬਾਅਦ ਕੋਈ ਨਹੀਂ ਰੋਇਆ, ਸਾਰੇ ਆ ਕੇ ਗੱਲਾਂ ਕਰਦੇ ਸੀ, ਬੈਠਦੇ ਸੀ ਤੇ ਪਰ ਕੋਈ ਰੋਣ, ਪਿਤਾ ਜੀ ਕਿਸੇ ਨੂੰ ਰੋਣ ਨਹੀਂ ਦਿੰਦੇ ਸੀ, ਕਹਿੰਦੇ ਨਾ ਅਸੀਂ ਕੌਮ ਦੀ ਖਾਤਰ ਕੁਰਬਾਨੀ ਕੀਤੀ ਆ, ਰੋਂਦੇ ਕਿਉਂ ਆ, ਅਸੀਂ ਕੌਮ ਦੀ ਖਾਤਰ ਕੀਤਾ ਜੋ ਕੀਤਾ ਉਹ ਸਾਡਾ ਕੌਮ ਦੇ ਸ਼ਹੀਦ ਹੋਇਆ ਤੇ ਸ਼ਹੀਦਾਂ ਨੂੰ ਰੋਈਦਾ ਨਹੀਂ, ਉਹਨਾਂ ਨੂੰ ਯਾਦ ਕਰੀਦਾ। ਉਹ ਰੱਬ ਵੱਲੋਂ 1 ਜੂਨ ਸੀ, ਇਹਨਾਂ ਨੂੰ ਪਤਾ ਨਹੀਂ ਸੀ ਉਸ ਟਾਈਮ ਤੇ ਕਿਹੜਾ ਮੀਡੀਆ ਸੀ, ਰੇਡੀਓ ਤੇ ਜਾਂ ਟੀਵੀ ਤੇ ਉਹੀ ਬੋਲਦੇ ਸੀ ਜੋ ਗੌਰਮੈਂਟ ਕਹਿੰਦੀ ਸੀ, ਸਿੱਖਾਂ ਦੀ ਥੋੜਾ ਕੋਈ ਸੁਣਦਾ ਸੀ। ਤੇ ਜਦੋਂ ਉੱਥੇ ਪਹੁੰਚੇ ਤੇ ਉਹ ਕਰਫਿਊ ਲੱਗ ਗਿਆ ਤੇ ਉੱਥੇ ਉੱਥੇ ਫਸ ਗਏ ਸਾਰੇ ਜਣੇ। ਸੁਨੈਜ਼ ਉਹ ਐਂਟਰ ਕੀਤਾ ਉਹਨਾਂ ਨੇ ਦਰਬਾਰ ਸਾਹਿਬ ਦੀ ਕੰਪਲੈਕਸ ਤੇ ਬਾਹਰੋਂ ਕਰਫਿਊ ਲੱਗ ਗਿਆ। ਫਿਰ ਉਹ ਜਿਹੜੇ ਸੀ ਉਹ 3 ਦਿਨਾਂ ਬਾਅਦ ਬਾਹਰ ਆ ਗਏ ਸੀ। ਉਹ ਜਦੋਂ ਘਰ, ਮਾਤਾ ਜੀ ਮੇਰੇ ਤਾਂ ਇੰਨੇ ਜ਼ਿਆਦਾ ਢਿੱਲੇ ਸੀ, ਉਹ ਡਾਕਟਰ ਲੈ ਕੇ ਆਏ ਸੀ, ਡਾਕਟਰ ਨੇ ਉਹਨਾਂ ਨੂੰ ਟੀਕਾ ਲਾਇਆ, ਉਹ ਤਾਂ ਉੱਥੇ ਪੈ ਰਹੇ। ਫਿਰ ਉੱਥੇ ਜਿਹੜਾ ਰਿਹਾਇਸ਼ ਸੀਗੀ ਉੱਥੇ ਮਾਤਾ ਜੀ ਨੂੰ ਲੈ ਗਏ ਪਿਤਾ ਜੀ ਤੇ ਉੱਥੇ ਰਹਿ, ਸਾਈਡ ਤੇ ਕਮਰਾ ਸੀਗਾ
ਤੇ ਜਿਹੜੇ ਭਰਾ ਭਰਜਾਈ ਸੀਗੇ ਉਹ ਜਦੋਂ ਘਰ ਆਏ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਵੀ ਉੱਥੇ ਕੀ ਮਾਹੌਲ ਸੀ। ਉਹ ਕਹਿੰਦੇ ਕਿ ਅਸੀਂ ਦਰਬਾਰ ਸਾਹਿਬ ਚੋਂ ਲੰਗਰ ਹਾਲ ਨੂੰ ਆ ਰਹੇ ਸੀ, ਜਿਹੜਾ ਮੂਹਰੇ ਕਾਫੀ ਚੌੜਾ ਜਗ੍ਹਾ ਨਾ, ਗੁਰੂ ਰਾਮਦਾਸ ਲੰਗਰ ਦੇ ਮੂਹਰੇ ਚੌੜੀ ਜਗ੍ਹਾ ਆ। ਕਹਿੰਦੇ ਅਸੀਂ ਤੁਰੇ ਆਉਂਦੇ ਸੀ, ਪਹਿਲੇ ਦਿਨ ਹੀ ਗੋਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਸੀ। ਕਹਿੰਦੇ ਜਦੋਂ ਅਸੀਂ ਤੁਰੇ ਆਉਂਦੇ ਸੀ ਤੇ ਕਹਿੰਦੀ ਸਾਡੇ ਕੋਲ ਦੋ ਹਸਬੈਂਡ ਵਾਈਫ ਤੁਰੇ ਜਾਂਦੇ ਸੀ, ਉਹਨਾਂ ਨੇ ਆਪਣਾ ਕੁੱਛੜ ਬੱਚਾ ਚੱਕਿਆ ਹੋਇਆ ਸੀ ਨਾਲ ਹੀ। ਕਹਿੰਦੀ ਅਸੀਂ ਤੁਰੇ ਜਾਂਦੇ ਸੀ ਤੇ ਬੱਚੇ ਦੇ ਆ ਕੇ ਗੋਲੀ ਵੱਜੀ ਤੇ ਬੱਚਾ ਉਹਨਾਂ ਦੇ ਹੱਥਾਂ 'ਚ ਛੁੱਟ ਕੇ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਮਰ ਗਿਆ, ਸ਼ਹੀਦ ਹੋ ਗਿਆ ਮੀਨ, ਹਨਾ। ਜਿੰਨਾ ਚਿਰ ਉੱਥੇ ਕੀ ਹੋਇਆ ਉਹ ਤਾਂ ਫਿਰ ਸਾਨੂੰ ਬਾਅਦ 'ਚ ਹੀ ਪਤਾ ਲੱਗਿਆ। ਅਸੀਂ ਤਾਂ ਸੋਚਿਆ ਸੀ ਕਿ ਸਾਡੇ ਦੋਨੇ ਪਿਤਾ ਜੀ ਤੇ ਮਾਤਾ ਜੀ ਸ਼ਹੀਦ ਹੋ ਗਏ ਆ, ਹੁਣ ਸਾਨੂੰ ਕਦੀ ਨਹੀਂ ਲੱਭਣੇ। ਮਾਤਾ ਜੀ ਦੱਸ ਆਪਣੀ ਡਾਇਰੀ ਵਿੱਚ ਲਿਖਦੇ ਆ ਕਿ ਜਦੋਂ ਇਹਨਾਂ ਨੂੰ ਅਟੈਕ ਹੋਇਆ ਇਹ ਉੱਥੇ ਅੰਦਰ ਫਸ ਗਏ ਆ ਬਿਲਡਿੰਗ ਕੰਪਲੈਕਸ ਵਿੱਚ, ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ। ਤੇ ਗੁਰੂ ਰਾਮਦਾਸ ਸਰਾਂ, ਅਸੀਂ ਤਾਂ ਛੋਟੇ ਹੁੰਦੇ ਉੱਥੇ ਬਹੁਤ ਜਾਂਦੇ ਰਹੇ ਹਾਂ ਦਰਸ਼ਨ ਕਰਨ, ਉੱਥੇ ਰਹਿੰਦੇ ਵੀ ਰਹੇ ਹਾਂ ਜਾ ਕੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਇਹ ਸੀਗੇ। ਉੱਥੇ ਕਹਿੰਦੇ ਕਿ ਇੱਕ ਟਰੱਕ ਭਰ ਕੇ ਸੰਗਰੂਰ ਜ਼ਿਲ੍ਹੇ ਤੋਂ ਆਇਆ ਸੀ, ਉਹਨਾਂ ਨੇ ਨਵਾਂ ਟਰੱਕ ਲਿਆ ਸੀ ਉਹਨਾਂ ਦੇ ਮੁੰਡੇ ਨੇ। ਤੇ ਉਹ ਕਹਿੰਦੇ ਕਿ ਅਸੀਂ ਪਹਿਲਾਂ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ ਟਰੱਕ ਨਵਾਂ ਲੈ ਕੇ, ਤੇ ਨਾਲੇ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਆ ਤੇ ਅਸੀਂ ਮਨਾਵਾਂਗੇ। ਉਹ ਸਾਰੇ ਆਪਣੇ ਰਿਸ਼ਤੇਦਾਰਾਂ ਦਾ ਟਰੱਕ ਭਰ ਕੇ ਲੈ ਆਏ ਸੀ ਤੇ ਉਸ ਔਰਤ ਦੇ ਚਾਰ ਪੁੱਤਰ, ਪਤੀ ਤੇ ਭਰਾ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਗਏ ਰਾਮਦਾਸ ਸਰਾਂ ਦੇ ਵਿੱਚ। ਤੇ ਉਹ ਔਰਤ ਦੇ ਵਿਰਲਾਪ ਤੇ ਕੁਰਲਾਪ ਮੇਰੇ ਮਾਤਾ ਜੀ ਕਹਿੰਦੇ ਅਸੀਂ ਨਾ ਸੁਣ ਸਕਦੇ ਸੀ ਨਾ ਦੇਖ ਸਕਦੇ ਸੀ। ਉਹ ਜੇਲ੍ਹ ਵਿੱਚ ਵੀ ਇੱਦਾਂ ਹੀ ਕਰ, ਕਹਿੰਦੀ ਮੈਂ ਕਿਉਂ ਬਚ ਗਈ, ਮੈਂ ਕਿਉਂ ਨਹੀਂ ਸ਼ਹੀਦ ਹੋ ਗਈ, ਇਕੱਲੀ ਰਹਿ ਗਈ ਸੀ। ਤੇ ਜਿਹੜੀਆਂ ਉਹਨਾਂ ਦੀਆਂ ਕੁੜੀਆਂ ਸੀ ਉਹ ਵੀ ਸ਼ਹੀਦ ਹੋ ਗਈਆਂ ਸੀ, ਉਹਨਾਂ ਦੀ ਮੰਗਣੀ ਹੋਈ ਸੀ, ਵਿਆਹਣ ਵਾਲੀਆਂ ਸੀਗੀਆਂ। ਉਹ ਵੀ ਪਤਾ ਨੀ ਪੁਲਿਸ ਵਾਲੇ ਉਹ ਫੌਜੀ ਲੈ ਗਏ ਸੀ, ਉਹਨਾਂ ਨੇ ਕੀ ਕੀਤਾ ਉਹਨਾਂ ਦੇ ਨਾਲ, ਉਹ ਇਕੱਲੀ ਔਰਤ ਰਹਿ ਗਈ ਸੀ। ਹਾਂਜੀ, ਫਿਰ ਮਾਤਾ ਜੀ ਦੀ ਡਾਇਰੀ ਵਿੱਚ ਜੋ ਕੁਛ ਮੈਂ ਪੜ੍ਹਿਆ, ਜੋ ਕੁਛ ਮਾਤਾ ਜੀ ਨੇ ਲਿਖਿਆ ਸਾਨੂੰ ਦੱਸਿਆ, ਵੀ ਜਦੋਂ ਫਿਰ ਹਾਲਾਤ ਥੋੜੇ ਵਧੀਆ ਹੋ ਗਏ ਫਿਰ ਮਾਤਾ ਜੀ ਸਾਨੂੰ ਵਾਪਸ ਸਰਾਂ ਦੇ ਵਿੱਚ ਲੈ ਕੇ ਗਏ, ਸਾਨੂੰ ਸਾਰਾ ਦਿਖਾਇਆ ਕਿਵੇਂ ਕਿਵੇਂ ਮਾਤਾ ਜੀ ਦੇ ਨਾਲ ਬੀਤਿਆ, ਕਿਵੇਂ ਕਿਵੇਂ ਹੋਇਆ। ਕਹਿੰਦੇ ਕਿ 1 ਜੂਨ ਨੂੰ ਜਦੋਂ ਅਸੀਂ ਉੱਥੇ ਫਸ ਗਏ, ਕਰਫਿਊ ਲੱਗ ਗਿਆ, ਡਾਕਟਰ ਦਵਾਈ ਦੇ ਗਿਆ ਸੀ ਮਾਤਾ ਜੀ ਨੂੰ, ਤੇ ਪਾਣੀ ਵਾਲੀ ਟੈਂਕੀ ਸਰਾਂ ਦੇ ਪਿਛਲੇ ਪਾਸੇ ਸੀ। ਸਭ ਤੋਂ ਪਹਿਲਾਂ ਉਹਨਾਂ ਨੇ 3 ਤਰੀਕ ਨੂੰ ਪਾਣੀ ਵਾਲੀ ਟੈਂਕੀ, ਮਾਤਾ ਜੀ ਕਹਿੰਦੇ ਤੋੜੀ ਵੀ ਪਾਣੀ ਨਾ ਇਹਨਾਂ ਨੂੰ ਜਾਵੇ, 3 ਤਰੀਕ ਤੋਂ ਬਾਅਦ ਫਿਰ ਪਾਣੀ ਵੀ ਨਹੀਂ ਉਹਨਾਂ ਨੂੰ ਮਿਲਿਆ। ਤੇ ਪਿਤਾ ਜੀ ਦੇ ਕਾਫੀ ਕਰੀਬੀ ਗੁਰਸਿੱਖ ਭਰਾ ਪੰਨਰ ਬਲਬੀਰ ਸਿੰਘ ਵੀ ਉਹਨਾਂ ਦੇ ਨਾਲ ਹੁੰਦੇ ਸੀ, ਤੇ ਉਹਨਾਂ ਨੇ ਜੋ ਲਿਖਿਆ ਵੀ ਜਿਵੇਂ ਜਿਵੇਂ ਉੱਥੇ ਰਹੇ, ਪੁਲਿਸ ਪੰਜਾਬ ਪੁਲਿਸ ਤਾਂ ਨਹੀਂ ਸੀ, ਕਹਿੰਦੇ ਕਿ ਉਹ ਮਦਰੱਸੀ ਲਿਖਦੇ ਆ ਮੇਰੇ ਮਾਤਾ ਜੀ ਡਾਇਰੀ ਦੇ ਵਿੱਚ ਕਿ ਜਿਹੜੇ ਦੂਸਰੇ ਪ੍ਰਾਂਤਾਂ ਦੇ ਸੀ ਨਾ ਫੌਜੀ, ਉਹਨਾਂ ਨੇ ਆ ਕੇ ਹਮਲਾ ਕੀਤਾ, ਜਦੋਂ ਉੱਥੇ ਆਏ ਆ ਉਹ ਫੜ ਕੇ ਬੰਦੇ ਉਹਨਾਂ ਨੇ ਇੱਕ ਕਮਰਿਆਂ ਦੇ ਵਿੱਚ ਬੰਦ ਕਰ ਦਿੱਤੇ, ਤੇ 100 ਬੰਦਾ ਜਿੱਦਾਂ ਇੱਕ ਕਮਰੇ 'ਚ ਬੰਦ ਕਰਕੇ ਤਾਕੀ ਬੰਦ ਕਰਤੀ, ਦਰਵਾਜ਼ਾ ਬੰਦ ਕਰ ਦਿੱਤਾ। ਤੇ ਮਾਤਾ ਜੀ ਕਹਿੰਦੇ ਮੈਨੂੰ ਫੜ ਕੇ ਵੱਖਰੇ ਕਰਤਾ, ਤੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਇਹ ਮੇਰੀ ਵਾਈਫ ਆ, ਇਹ ਠੀਕ ਨਹੀਂ ਹੈਗੀ, ਇਹਨੂੰ ਮੇਰੇ ਨਾਲ ਰਹਿਣ ਦਿਓ। ਉਹਨਾਂ ਨੇ ਕੋਈ ਗੱਲ ਨਹੀਂ ਸੁਣੀ, ਉਹ ਇੰਗਲਿਸ਼ ਵਿੱਚ ਗਾਲਾਂ ਕੱਢਣ ਲੱਗ ਗਏ, ਤੇ ਪਿਤਾ ਜੀ ਮੇਰੇ ਇੰਗਲਿਸ਼ ਬੋਲਣ ਦੇ ਸੀ, ਉਹਨਾਂ ਨੇ ਇੰਗਲਿਸ਼ ਵਿੱਚ ਹਿੰਦੀ ਵਿੱਚ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਇਹ ਮੇਰੀ ਵਾਈਫ ਹੈ, ਉੱਠ ਕੇ ਖੜੀ ਵੀ ਨਹੀਂ ਹੋ ਸਕਦੀ, ਇਹ ਬਿਮਾਰ ਆ, ਇਹਨੂੰ ਮੇਰੇ ਕੋਲ ਰਹਿਣ ਦਿਓ। ਕਹਿੰਦੇ ਨਹੀਂ, ਉਹਨਾਂ ਨੇ ਇੱਕ ਨਹੀਂ ਸੁਣੀ, ਮਾਤਾ ਜੀ ਨੂੰ ਔਰਤਾਂ ਵਾਲੇ ਪਾਸੇ ਪਾਤਾ, ਪਿਤਾ ਜੀ ਉਹਨਾਂ ਨੂੰ ਤੋਂ ਭਾਈ ਨਰਲਵੀਰ ਸਿੰਘ ਉਹਨਾਂ ਨੂੰ ਇੱਕ ਕਮਰੇ ਵਿੱਚ ਤਾੜ ਦਿੱਤਾ। ਤੇ ਮਾਤਾ ਜੀ ਕਹਿੰਦੇ ਕਿ ਮੈਂ ਸਾਰੀ ਰਾਤ ਉਹ ਕਮਰੇ ਵੱਲ ਦੇਖਦੀ ਰਹੀ ਕਿ ਉੱਥੋਂ ਤੋਂ ਕੋਈ ਬਚ ਕੇ ਨਿਕਲਿਆ ਹੀ ਨਹੀਂ ਹੋਣਾ, 100 ਤੋਂ ਵੱਧ ਬੰਦਾ ਕਮਰੇ 'ਚ ਤਾੜ ਦਿੱਤਾ ਸੀ, ਨਾ ਉੱਥੇ ਆਕਸੀਜਨ ਹੈਗੀ ਸੀ। ਤੇ ਮਾਤਾ ਜੀ ਕਹਿੰਦੇ ਕਿ ਜਦੋਂ ਸਰਾਂ ਦੇ ਵਿੱਚ ਗੁਰੂ ਰਾਮਦਾਸ ਸਰਾਂ ਦੇ ਵਿੱਚ ਜਦੋਂ ਤੁਸੀਂ ਅੰਦਰ ਵੜਦੇ ਆ ਨਾ, ਏਦਾਂ ਡਿਉੜੀ ਆ ਸਾਈਡ ਤੇ ਰਾਊਂਡ ਬਰਾਂਡਾ ਆ, ਉੱਪਰ ਮੰਜ਼ਲਾਂ ਆ 2-3, ਤੇ ਉਹਦੇ ਮਿਡਲ ਦੇ ਵਿੱਚ ਗੁਸਲਖਾਨੇ ਬਣਾਏ ਸੀ ਸੰਗਤਾਂ ਦੇ ਇਸ਼ਨਾਨ ਕਰਨ ਲਈ, ਤੇ ਉਹਦੇ ਰਾਊਂਡ ਵਿਹੜਾ ਸੀ, ਲਾਈਕ ਇਟਸ ਲਾਈਕ ਓਲਡ ਬਿਲਡਿੰਗ ਟਾਈਪ ਜਿੱਦਾਂ ਹੁੰਦੀਆਂ ਹਨਾ। ਮਾਤਾ ਜੀ ਕਹਿੰਦੇ ਕਿ ਜਦੋਂ ਤੁਸੀਂ ਅੰਦਰ ਐਂਟਰ ਕਰਦੇ ਸੀ, ਸੱਜੇ ਪਾਸੇ ਕਣਕ ਦੀਆਂ ਬੋਰੀਆਂ ਰੱਖੀਆਂ ਹੋਈਆਂ ਸੀਗੀਆਂ, ਉੱਥੇ ਸਾਨੂੰ ਸਾਈਡ ਤੇ ਔਰਤਾਂ ਨੂੰ ਬਿਠਾਤਾ। ਕਹਿੰਦੇ ਮੇਰੀ ਦਸਤਾਰ ਲਵਾ ਦਿੱਤੀ ਗਈ, ਮੇਰੀ ਚੁੰਨੀ ਵੀ ਉਹਨਾਂ ਨੇ ਲੈ ਲਈ, ਕਿਰਪਾਨਾਂ ਸਾਰਿਆਂ ਦੀਆਂ ਲਵਾ ਕੇ ਤੇ ਢੇਰ ਲਾ ਲਿਆ। ਕਹਿੰਦੇ ਵੱਡਾ ਸਾਰਾ ਢੇਰ ਲੱਗ ਗਿਆ, ਤਾਂ ਉੱਥੇ 2 ਪਹਿਰੇਦਾਰ ਖੜੇ ਕਰ ਦਿੱਤੇ ਕਿਰਪਾਨਾਂ ਦੇ ਕਰਕੇ। ਮੋਸਟਲੀ ਸਿੰਘਾਂ ਕੋਲ 3 ਫੁੱਟੀਆਂ ਕਿਰਪਾਨਾਂ ਸੀਗੀਆਂ, ਤੇ ਸਿੰਘਾਂ ਦੀਆਂ ਵੀ ਦਸਤਾਰਾਂ ਲਵਾ ਕੇ ਕਹਿੰਦੇ ਉਹਨਾਂ ਨੇ ਤਾਂ ਆਪਣੇ ਪੈਰਾਂ 'ਚ ਸੱਟ ਦਿੱਤੀਆਂ, ਸਾਡੀਆਂ ਵੀ ਦਸਤਾਰਾਂ ਸਾਰੀਆਂ ਲਵਾਤੀਆਂ, ਤੇ ਉਹਨਾਂ ਦਾ ਕਹਿਰ ਟੁੱਟ ਪਿਆ। ਕਹਿੰਦੇ ਕਿ ਉਹ ਹਿੰਦੀ 'ਚ ਗਾਲਾਂ ਕੱਢਦੇ ਸੀ,
ਕੋਈ ਕੋਈ ਗੱਲ ਹਿੰਦੀ ਚ ਕਰਦੇ ਸੀ ਤੇ ਮੋਸਟਲੀ ਉਹ ਆਪਣੀ ਓਨ ਭਾਸ਼ਾ ਜਿਹਨੂੰ ਮਾਤਾ ਜੀ ਮਦਰਸੀ ਲਿਖਦੇ ਉਹਨਾਂ ਨੂੰ ਕਿ ਉਹ ਮਦਰਸੀ ਸੀ ਸਾਰੇ ਜਿਹੜੇ ਉਹ ਆ ਕੇ ਸਾਨੂੰ ਗਾਲਾਂ ਕੱਢਦੇ ਸੀ ਕਿ ਤੁਹਾਡਾ ਸਾਲਾ ਭਿੰਡਰਾਂ ਵਾਲਾ ਕਹਾਂ ਹੈ ਤੇ ਮਾਤਾ ਜੀ ਕਹਿੰਦੇ ਕਿ ਮੈਂ ਉਹਨੂੰ ਹਿੰਦੀ ਚ ਬੋਲੀ ਮੈਂ ਕਿਹਾ ਤੂੰ ਇੱਜ਼ਤ ਨਾਲ ਬੋਲ ਤੂੰ ਗਾਲ ਕਿਉਂ ਕੱਢਦਾ ਆ ਤੇ ਕਹਿੰਦੇ ਉਹਨੇ ਮੇਰੇ ਬੰਦੂਕ ਦਾ ਬੱਟ ਮਾਰਿਆ ਕਹਿੰਦਾ ਸਾਲੀ ਬੋਲਤੀ ਆ ਹਿੰਦੀ ਚ ਗਾਲਾਂ ਕੱਢਦੇ ਸੀ ਤੇ ਮਾਤਾ ਜੀ ਨੇ ਫਿਰ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਨਹੀਂ ਇਹ ਦਰਬਾਰ ਸਾਹਿਬ ਆ ਇਹ ਸਾਡੇ ਗੁਰੂ ਨਾਨਕ ਦਾ ਘਰ ਆ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਕਹਿੰਦਾ ਨਾ ਪਿੰਡਰੀ ਵਾਲਾ ਕਹਾਂ ਹੈ ਪਿੰਡਰੀ ਵਾਲੇ ਕੋ ਬਾਹਰ ਨਿਕਾਲੋ ਮਾਤਾ ਜੀ ਕਹਿੰਦੇ ਜਿਹੜਾ ਪਿੰਡਰਾਂ ਵਾਲਾ ਉਹ ਕੋਈ ਗੁਰੂ ਨਹੀਂ ਆ ਗੁਰੂ ਸਾਡਾ ਗੁਰੂ ਨਾਨਕ ਆ ਕਹਿੰਦਾ ਨਾ ਪਿੰਡਰੀ ਵਾਲਾ ਜਹਾਂ ਰਹਿਤਾ ਪਿੰਡਰੀ ਵਾਲੇ ਕੋ ਬਾਹਰ ਨਿਕਾਲੋ ਤੇ ਕਹਿੰਦੇ ਪਿੰਡਰੀ ਵਾਲੇ ਨੂੰ ਮਿਲਣ ਆਈ ਆ ਤਾਂ ਮਾਤਾ ਜੀ ਕਹਿੰਦੇ ਨਹੀਂ ਮੈਂ ਤਾਂ ਇੱਥੇ ਗੁਰਪੁਰਬ ਤੇ ਆਈ ਆ ਕਹਿੰਦਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਅੰਦਰ ਬਣਿਆ ਆ ਸਰੋਵਰ ਤਲਾਬ ਕਹਿੰਦਾ ਤਲਾਬ ਮੈਂ ਜਾ ਕੇ ਕਿਉਂ ਨਹਾਤੀ ਹੋ ਮਾਤਾ ਜੀ ਨੇ ਫਿਰ ਉਹਨੂੰ ਕਾਫੀ ਉਹਦੇ ਨਾਲ ਵਾਰਤਾਲਾਪ ਕੀਤੀ ਮੇਰੇ ਕੋਲ ਡਾਇਰੀ ਵਿੱਚ ਹੈਗੀ ਆ ਜੋ ਸਵਾਲ ਜਵਾਬ ਹੋਏ ਉਹਨਾਂ ਦੇ ਨਾਲ ਕਿ ਇੱਥੇ ਤਾਂ ਸਾਰੇ ਧਰਮਾਂ ਦੇ ਆਉਂਦੇ ਆ ਵੀ ਤੇਰਾ ਵੀ ਕੋਈ ਗੁਰੂ ਹੈਗਾ ਤੇਰੇ ਕੋਈ ਗੁਰੂ ਹੈਗਾ ਆ ਉਹ ਫਿਰ ਵਾਰਤਾਲਾਪ ਕੀਤੀ ਉਹਦੇ ਨਾਲ ਕਾਫੀ ਚਿਰ ਤੇ ਫਿਰ ਉਹ ਠੰਡਾ ਹੋ ਗਿਆ ਫਿਰ ਦੂਜੇ ਪਾਸੇ ਜਦੋਂ ਦੂਜੇ ਫੇਰ ਆ ਜਾਂਦੇ ਸੀ ਕਿੰਨੇ ਕੁ ਨੂੰ ਤੁਸੀਂ ਸਮਝਾ ਸਕਦੇ ਸੀ ਮਾਤਾ ਜੀ ਕਹਿੰਦੇ ਮੈਂ ਬੈਠੀ ਤੇ ਉਹ ਠੁੱਡਾ ਮਾਰ ਕੇ ਮੇਰੀ ਲੱਤ ਚ ਚਲਿਆ ਗਿਆ ਕਹਿੰਦੇ ਮੇਰੇ ਲੱਤ ਚ ਖੂਨ ਨਿਕਲਣ ਲੱਗ ਗਿਆ ਤੇ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਟਰੱਕ ਉੱਥੇ ਆਇਆ ਸੀਗਾ ਜਿਹਨਾਂ ਦੇ ਬਹੁਤ ਜੀ ਸ਼ਹੀਦ ਹੋ ਗਏ ਸੀ ਕਹਿੰਦੇ ਕਿ ਉਹਨਾਂ ਦੀਆਂ ਕੁੜੀਆਂ ਨੂੰ ਉਹ ਫੜ ਕੇ ਉੱਪਰ ਲਈ ਜਾਂਦੇ ਸੀਗੇ ਬਜ਼ੁਰਗ ਵੀ ਉਹਨਾਂ ਦੇ ਸ਼ਹੀਦ ਹੋ ਗਏ ਸੀ ਤੇ ਉਹ ਕਹਿੰਦੇ ਜੇ ਮੈਂ ਬੋਲ ਉਹ ਤੂੰ ਬੋਲਦੀਆਂ ਨੀ ਸੀਗੀਆਂ ਔਰਤਾਂ ਦਰੀਆਂ ਹੋਈਆਂ ਸੀ ਰੋਈ ਜਾਂਦੀਆਂ ਸੀ ਤੇ ਕਹਿੰਦੇ ਜਦੋਂ ਫਿਰ ਵਾਪਸ ਆਇਆ ਕਹਿੰਦੇ ਮੈਂ ਤਾਂ ਬੈਠੀ ਸੀ ਬੋਰੀ ਦੇ ਨਾਲ ਕਰਕੇ ਮਾਤਾ ਜੀ ਤਾਂ ਠੀਕ ਨੀ ਸੀ ਖੜੇ ਵੀ ਨੀ ਹੋ ਸਕਦੇ ਸੀ ਉੱਠ ਕੇ ਨੀ ਸੀ ਕਹਿੰਦੇ ਦੂਜੀ ਵਾਰੀ ਫਿਰ ਮੇਰੀ ਸੇਮ ਜਗ੍ਹਾ ਤੇ ਉਹ ਠੁੱਡਾ ਮਾਰ ਕੇ ਗਿਆ ਤੇ ਮੇਰੀ ਲੱਤ ਚ ਫੇ ਖੂਨ ਤੀਰੀ ਵਾਂਗੂ ਵਗਿਆ ਕਿ ਜਿਵੇਂ ਕਹਿੰਦੇ ਆਉਂਦੇ ਸੀ ਦਗੜ ਦਗੜ ਪੰਜਾਹ ਪੰਜਾਹ ਬੰਦਿਆਂ ਦੀਆਂ ਟੋਲੀਆਂ ਆਉਂਦੀਆਂ ਸੀਗੀਆਂ ਤੇ ਕਮਰਿਆਂ ਚ ਫੜ ਫੜ ਕੇ ਬੰਦਿਆਂ ਨੂੰ ਕਮਰਿਆਂ ਚ ਤਾੜੀ ਬਾਹਰੋਂ ਬੰਦੇ ਲੈ ਕੇ ਆਉਂਦੇ ਸੀ ਗੁਰਸਿੱਖ ਜਿਹੜੇ ਸਾਰੇ ਸ਼ਰਧਾਲੂ ਸੀ ਉਹਨਾਂ ਨੂੰ ਕਮਰਿਆਂ ਚ ਤਾੜੀ ਜਾਂਦੀ ਸੀ ਤੇ ਮੋਸਟ ਆਫ ਦਾ ਸੰਗਤ ਜਿਹੜੀ ਸੀ ਉਹ ਕਮਰਿਆਂ ਵਿੱਚ ਹੀ ਸ਼ਹੀਦ ਹੋ ਗਈ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਪਾਣੀ ਨਹੀਂ ਮਿਲਿਆ ਤੇ ਜਿਹੜਾ ਉੱਥੇ ਮੀਆਂ ਦਾ ਇਕੱਠਾ ਹੋਇਆ ਸੀ ਜਾਂ ਜਿਹੜਾ ਮਿਡਲ ਦੇ ਵਿੱਚ ਬਣੇ ਹੋਏ ਸੀ ਕਿ ਗੁਸਲਖਾਨੇ ਉਹਨਾਂ ਦਾ ਜਿਹੜਾ ਨਾਲੀ ਦਾ ਪਾਣੀ ਸੀ ਨਾ ਕਹਿੰਦੇ ਫਿਰ ਤੀਜੇ ਦਿਨ ਅਸੀਂ ਉਹ ਸਾਰਿਆਂ ਨੇ ਗੰਦਾ ਪਾਣੀ ਪੀਤਾ ਵਿੱਚ ਹੀ ਉਹਦੇ ਖੂਨ ਸੀਗਾ ਵਿੱਚ ਹੀ ਉਹ ਟੋਇਲਟਾਂ ਬਾਥਰੂਮ ਸਾਰਾ ਰਲਿਆ ਪਾਣੀ ਸੀ ਕਹਿੰਦੇ ਕੋਈ ਹੋਰ ਚੋਇਸ ਨਹੀਂ ਸੀ ਜੇ ਨਹੀਂ ਪੀਂਦੇ ਸੀ ਤਾਂ ਵੀ ਮਰਦੇ ਸੀ ਤੇ ਗੰਦਾ ਪਾਣੀ ਸਾਰੀ ਸੰਗਤ ਨੇ ਉਹ ਪੀਤਾ ਕਹਿੰਦੇ ਉੱਥੋਂ ਨਾਲੀ ਦੇ ਵਿੱਚ ਤੇ ਕਈ ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਸੀ ਪਾਣੀ ਲੈਣ ਉਹ ਕਹਿੰਦੇ ਰਾਹ ਚ ਸ਼ਹੀਦ ਹੋ ਜਾਂਦੇ ਸੀਗੇ ਉਹ ਮੁੜ ਕੇ ਨਹੀਂ ਆਉਂਦੇ ਸੀ ਹਨਾ ਕਈਆਂ ਦੇ ਉੱਥੇ ਔਰਤਾਂ ਦੇ ਉਹ ਦੱਸਦੇ ਆ ਕਹਾਣੀਆਂ ਕਿ ਕਿਵੇਂ ਉਹ ਕਹਿੰਦੇ ਕਿ ਬਾਹਰ ਗਿਆ ਸੀ ਮੁੜ ਕੇ ਨਹੀਂ ਆਇਆ ਤੇ ਫਿਰ ਕਹਿੰਦੇ ਕਿ ਅਸੀਂ ਰਹਿੜ ਰਹਿੜ ਕੇ ਤੀਜੇ ਦਿਨ ਦੀ ਗੱਲ ਆ ਰਹਿੜ ਰਹਿੜ ਕੇ ਕਹਿੰਦੇ ਮੈਂ ਉੱਪਰ ਚੜ ਗਈ ਦੇਖਣ ਪਾਣੀ ਵਾਲੀ ਟੈਂਕੀ ਉੱਥੇ ਟੂਟੀ ਸੀ ਪਾਣੀ ਦੀ ਇੱਕ ਸਿਰਫ ਇੱਕ ਟੂਟੀ ਸੀ ਉੱਪਰ ਸਰਾਂ ਦੇ ਵਿੱਚ ਕਹਿੰਦੇ ਵੀ ਰਹਿੜ ਰਹਿੜ ਕੇ ਅਸੀਂ ਪਾਣੀ ਲੈ ਕੇ ਇੱਦਾਂ ਲੰਮੇ ਪੈ ਕੇ ਕਰਕੇ ਅੱਡੀ ਕੁ ਕੰਧ ਸੀ ਸਰਾਂ ਦੀ ਹਨਾ ਉੱਥੇ ਜਿਹੜੀਆਂ ਕੰਮ ਕਰਨ ਵਾਲੀਆਂ ਝਾੜੂ ਫੇਰਨ ਵਾਲੀਆਂ ਉਹਨਾਂ ਨੇ ਪੋਚਾ ਫੇਰ ਕੇ ਤੇ ਬੋਰੀ ਦਾ ਟਾਟ ਸੀ ਅੱਡਾ ਪੀਸ ਉਹਨਾਂ ਨੇ ਕੰਧ ਦੇ ਉੱਪਰ ਸੁੱਕਣਾ ਪਾ ਦਿੱਤਾ ਤੇ ਫੌਜੀ ਸੋਚਦੇ ਸੀ ਕਿ ਇੱਥੇ ਇਹਨਾਂ ਦੇ ਪਿੱਛੇ ਬਣਾਇਆ ਇਹਨਾਂ ਨੇ ਨਾਕਾ ਬਣਾਇਆ ਤੇ ਉੱਥੇ ਹੀ ਗੋਲੀਆਂ ਮਾਰਦੇ ਸੀ ਉਹ ਟੂਟੀ ਦੇ ਕੋਲ ਉੱਥੋਂ ਹੀ ਉਹਨਾਂ ਨੇ ਕੰਧ ਛਲਨੀ ਕਰ ਦਿੱਤੀ ਇਹ ਸੋਚਦੇ ਸੀ ਇਹਦੇ ਪਿੱਛੇ ਇਹਨਾਂ ਨੇ ਨਾਕਾ ਲਾਇਆ ਆ ਤਾਂ ਕਰਕੇ ਫਿਰ ਟੂਟੀ ਦੇ ਕੋਈ ਪਾਣੀ ਨਹੀਂ ਲੈਣ ਜਾਂਦਾ ਸੀ ਤੇ ਕਹਿੰਦੇ ਜਦੋਂ ਮੈਂ ਗਈ ਤੇ ਕਹਿੰਦੇ ਮੈਂ ਹੌਸਲਾ ਕੱਢ ਕੇ ਮੈਂ ਕਿਹਾ ਦੇਖਾਂ ਸਰ ਉੱਪਰ ਚੱਕ ਕੇ ਕੀ ਹੋ ਰਿਹਾ ਪਾਣੀ ਦੀ ਟੈਂਕੀ ਟੁੱਟੀ ਸੀ ਕਹਿੰਦੇ ਜਦੋਂ ਮੈਂ ਥੱਲੇ ਦੇਖਿਆ ਤੇ ਇੱਕ ਜੱਟਾਂ ਵਾਲਾ ਸਾਧੂ ਸ਼ਹੀਦ ਹੋਇਆ ਸੀ ਇੱਕ ਛੋਟੀ ਜਿਹੀ ਬੱਚੀ 5-6 ਸਾਲ ਦੀ ਉਹਦੇ ਤੇੜ ਸਿਰਫ ਸ਼ਹਿਰਾ ਸੀ ਕੱਪੜਾ ਕੋਈ ਨਹੀਂ ਪਾਇਆ ਹੋਇਆ ਸੀ ਤੇ ਇੱਕ ਹੋਰ ਸਿੰਘ ਸੀ ਥੋੜੇ ਜਿਹੇ ਬੰਦੇ ਆਏ ਗੁਰਸਿੱਖ ਜਿਹੜੇ ਉੱਥੇ ਸੇਵਾਦਾਰ ਸੀ ਉਹਨਾਂ ਨੇ ਸਰਾਂ ਦੇ ਪਿਛਲੇ ਪਾਸੇ ਫਟਾਫਟ ਉਹਨਾਂ ਦੇ ਇੱਦਾਂ ਹੀ ਕੱਪੜਿਆਂ ਸਣੇ ਉਹਨਾਂ ਦੇ ਪਹਿਲਾਂ ਪਾਣੀ ਦੀ ਬਾਲਟੀ ਡੋਲੀ ਫਿਰ ਉਹਨਾਂ ਨੇ ਉੱਥੇ ਜੋ ਵੀ ਲੱਭਾ ਉਹਦਾ ਰੱਖ ਕੇ ਤੇ ਉਹਨਾਂ ਨੂੰ ਅੱਗ ਲਾ ਕੇ ਭੱਜ ਗਏ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਸ਼ਹੀਦ ਹੋ ਗਏ ਇਹਨਾਂ ਦਾ ਸੰਸਕਾਰ ਕਰ ਦਈਏ ਤੇ ਫਿਰ ਜਦੋਂ ਮਾਤਾ ਜੀ ਕਹਿੰਦੇ ਕਿ ਅਸੀਂ ਦੋ ਦਿਨ ਤਾਂ ਅਸੀਂ ਗੁਆਚੇ ਰਹੇ ਪਿਤਾ ਜੀ ਤੇ ਭਾਈ ਸਾਹਿਬ ਉਹਨਾਂ ਨੂੰ ਦੂਜੇ ਕਮਰੇ ਚ ਰਾਤਾ ਸਾਨੂੰ ਦੂਜੇ ਕਮਰੇ ਚ ਰਾਤਾ ਤੇ ਕਹਿੰਦੇ ਮੈਂ ਬੱਚਿਆਂ ਬਾਰੇ ਸੋਚੀ ਜਾਵਾਂ ਕਹਿੰਦੇ ਫਿਰ ਜਦੋਂ ਤੇਰੇ ਪਿਤਾ ਜੀ ਤੀਜੇ ਦਿਨ ਮੈਨੂੰ ਲੱਭੇ ਵੀ ਉੱਥੇ ਸਰਾਂ ਦੇ ਵਿੱਚ ਹੈਗੇ ਸੀ ਤੇ ਕਹਿੰਦੇ ਮੈਂ ਤੇਰੇ ਪਿਤਾ ਜੀ ਨੂੰ ਕਿਹਾ ਕਿ ਆਪਾਂ ਤਾਂ ਹੁਣ ਸ਼ਹੀਦ ਹੋ ਜਾਣਾ ਤਾਂ ਆਪਣੇ ਬੱਚਿਆਂ ਦਾ ਕੀ ਬਣੂਗਾ ਕਹਿੰਦੇ ਤੇਰੇ ਪਿਤਾ ਜੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ
ਕਿ ਹੁਣ ਤੂੰ ਬੱਚਿਆਂ ਦਾ ਨਾ ਸੋਚ, ਗੁਰੂ ਨਾਲ ਮਨ ਜੋੜ, ਹੁਣ ਸ਼ਹੀਦੀ ਦਾ ਟਾਈਮ ਆ ਗਿਆ, ਆਪਾਂ ਹੁਣ ਸ਼ਹੀਦ ਹੋਣਾ ਆ, ਪਿੱਛੇ ਪਰਿਵਾਰ ਦਾ ਨਾ ਸੋਚ। ਕਹਿੰਦੀ ਨਹੀਂ, ਆਪਾਂ ਤਾਂ ਸ਼ਹੀਦ ਹੋ ਜਾਣਾ, ਆਪਣੇ ਬੱਚਿਆਂ ਦਾ ਕੀ ਬਣੂਗਾ। ਮਾਤਾ ਜੀ ਕਹਿੰਦੇ ਮੈਂ ਬੱਚਿਆਂ ਬਾਰੇ ਸੋਚੀ ਜਾਂਦੀ ਸੀ। ਕਹਿੰਦੇ ਫਿਰ ਪਿਤਾ ਜੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਗੁਰਬਾਣੀ ਦੀਆਂ ਤੁਕਾਂ ਸਮਝਾਈਆਂ ਕਿ ਹੁਣ ਤੂੰ ਮਨ ਗੁਰੂ ਨਾਲ ਜੋੜ, ਹੁਣ ਸ਼ਹੀਦੀ ਦਾ ਮੌਕਾ ਆ ਗਿਆ, ਉਹਦੇ ਦਰ ਤੇ ਆਪਾਂ ਜਾਣਾ ਆ ਤੇ ਸੰਸਾਰ ਨੂੰ ਤਿਆਗ ਦੇ। ਫਿਰ ਕਹਿੰਦੇ ਮੈਂ ਫਿਰ ਨੀ ਮੈਂ ਸੋਚਿਆ। ਫਿਰ ਕਹਿੰਦੇ ਮੈਂ ਆਪਣਾ ਮਨ ਗੁਰੂ ਨਾਲ ਜੋੜ ਲਿਆ। ਬੀਬੀਆਂ ਨੂੰ ਇੱਥੇ ਨਾ, ਕਹਿੰਦੀ ਉੱਚੀ ਨੀ ਅਸੀਂ ਬੋਲ ਸਕਦੇ ਸੀ, ਨਾਮ ਚ ਪਾਉਂਦੇ ਰਹਿ। ਤੇ ਬਾਹਰੋਂ ਕਹਿੰਦੇ ਜਿਹੜਾ ਨਾਲ ਵਾਲੀ ਬਿਲਡਿੰਗ ਦੇ ਛੋਟਾ ਜਿਹਾ ਦਰਵਾਜ਼ਾ ਸੀਗਾ, ਉੱਥੋਂ ਕਹਿੰਦੇ ਬਾਹਰੋਂ ਬੰਦੇ ਲਿਆਉਂਦੇ ਸੀ ਤੇ ਸਰਾਂ ਦੇ ਜਿਹੜਾ ਰਾਊਂਡ ਰਾਊਂਡ ਪਰਿਕਰਮਾ ਜਿਹਾ ਸੀ ਤੇ ਮਿਡਲ ਚ ਉੱਥੇ ਕਹਿੰਦੇ ਬੰਦਿਆਂ ਨੂੰ ਬਿਠਾਉਂਦੇ ਸੀ ਤੇ ਮਸ਼ੀਨ ਗੰਨਾਂ ਲੈ ਕੇ ਉੱਪਰ ਵਾਲੀ ਬਿਲਡਿੰਗ ਤੇ ਖੜ ਜਾਂਦੇ ਸੀ ਤੇ ਉਹ ਜਿਹੜੀ ਕੰਟੀਨਿਊ ਕਹਿੰਦੇ ਅੱਧਾ ਫੜ ਕੇ ਅੱਧਾ ਜਿਹੜੀ ਸਾਰੀ ਮਸ਼ੀਨ ਚੱਲਦੀ ਨਾ ਉਹ ਚਲਾ ਦਿੰਦੇ ਸੀ। ਤੇ ਅਸੀਂ ਕਹਿੰਦੇ, ਮਾਤਾ ਜੀ ਕਹਿੰਦੇ ਕਿ ਅਸੀਂ ਬੋਰੀਆਂ ਦੇ ਪਿੱਛੇ ਲੁਕੇ ਹੋਏ ਸੀ ਬਰਾਂਡੇ ਦੇ ਵਿੱਚ ਤੇ ਸਾਡੀ ਵਾਰੀ ਨਹੀਂ ਆਈ ਸੀ, ਅਸੀਂ ਉਹਨਾਂ ਨੂੰ ਪਤਾ ਨਹੀਂ ਸੀ ਅਸੀਂ ਲੁਕੇ ਹਾਂ। ਕਹਿੰਦੇ ਉਹਨਾਂ ਨੇ ਬਾਹਰੋਂ ਬੰਦੇ ਲਿਆਂਦੇ ਜਿੰਨੇ ਅੰਦਰੋਂ ਲੱਭੇ, ਧਾੜ ਧਾੜ ਕਰਕੇ ਕਹਿੰਦੇ ਕੁਰਲਾਉਂਦਿਆਂ ਦੇ ਸੀਨ। ਕਹਿੰਦੇ ਮੈਂ ਸੁਣਿਆ ਸੀ ਕਿ ਪੁਰਾਤਨ ਸਮੇਂ ਚ ਘੱਲੂਘਾਰਿਆਂ ਚ ਕੀ ਹੁੰਦਾ ਆ, 47 ਦੇ ਵਿੱਚ ਜਦੋਂ ਦੇਸ਼ ਵੰਡ ਹੋਇਆ ਉਦੋਂ ਕੀ ਹੋਇਆ, ਪਰ ਕਹਿੰਦੇ ਮੈਂ ਕਦੀ ਸੋਚਿਆ ਨਹੀਂ ਸੀ ਕਿ ਆਹ ਚੀਜ਼ ਏਦਾਂ ਵੀ ਹੋ ਸਕਦੀ ਆ, ਇੰਨਾ ਬੁਰਾ ਹਾਲ ਹੋ ਸਕਦਾ। ਤੇ ਕਹਿੰਦੇ ਇੱਕ ਰਾਤ ਦਾ ਟਾਈਮ ਸੀ, ਬਿਜਲੀ ਹੈਨੀ ਸੀ, ਟੋਰਚ ਕੋਈ 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 ਮਾਰਦਾ ਸੀ ਜਾਂ ਜਦੋਂ ਕੋਈ ਗੋਲਾ ਕੇ ਡਿੱਗਦਾ ਸੀ ਬੰਬ ਦਾ ਤੇ ਉਹਨਾਂ ਲਾਈਟ ਪੈਂਦੀ ਸੀ ਤੇ ਦਰਵਾਜ਼ੇ ਤਾਕੀਆਂ ਅੱਗ ਲੱਗੀ ਹੋਈ ਸੀ ਸਰਾਂ ਦੇ ਵਿੱਚ ਸਾਰੇ ਪਾਸੇ, ਅੱਤ ਦੀ ਗਰਮੀ ਨਾ ਪਾਣੀ। ਕਹਿੰਦੇ ਜਿਹੜੀ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਇੱਕ ਬੀਬੀ ਸੀ ਉਹਦੇ ਕੋਲ 7-8 ਮਹੀਨੇ ਦੀ ਬੱਚੀ ਸੀ, ਉਹ ਸਾਰੀ ਰਾਤ ਰੋਣੋਂ ਨੀ ਚੁੱਪ ਕਰਦੀ ਸੀ ਤੇ ਉਹਨੂੰ ਪੁਲਿਸ ਵਾਲੇ ਕਹਿੰਦੇ, ਫੌਜੀ ਕਹਿੰਦੇ ਸੀ ਇਹਦੇ ਰੂਮ ਇਹਨੂੰ ਚੁੱਪ ਕਰਾਓ, ਵੱਟ ਮਾਰਦੇ ਸੀ ਆ ਕੇ। ਤੇ ਇੱਕ ਪੂਰ ਲਿਆਂਦਾ ਉਹਨਾਂ ਨੇ, ਰਾਤ ਦਾ ਟਾਈਮ ਸੀ, ਮਸ਼ੀਨ ਗੰਨ ਨਾਲ ਸਾਰੇ ਸ਼ਹੀਦ ਕਰਤੇ। ਫਿਰ ਕਹਿੰਦੇ ਦੂਜੀ ਵਾਰੀ ਫੇਰ ਲੈ ਕੇ ਆਏ, ਹਨੇਰਾ ਸੀ, ਬਿਜਲੀ ਹੈਨੀ ਸੀ, ਪਾਣੀ ਵੀ ਹੈਨੀ ਸੀ, ਕੁਛ ਦਿਖਦਾ ਨੀ ਸੀ। ਕਹਿੰਦੇ ਦੂਜੀ ਵਾਰੀ ਚ ਫਿਰ ਕਹਿੰਦੇ ਸਾਰਿਆਂ ਨੂੰ ਮਸ਼ੀਨ ਗੰਨ ਲਾਈ, ਫਿਰ ਸ਼ਹੀਦ ਕਰਤਾ। ਕਹਿੰਦੇ ਢੇਰ ਲੱਗ ਗਿਆ ਇੱਕ ਉੱਤੇ ਦੂਜਾ, ਫਿਰ ਤੀਜੀ ਵਾਰੀ ਬਾਹਰੋਂ ਬੰਦੇ ਲਿਆਏ, ਉਹਨਾਂ ਨੇ ਮਸ਼ੀਨ ਗੰਨਾਂ ਚਲਾਈਆਂ। ਇੱਕ ਕਹਿੰਦੇ 11 ਵਜੇ, ਇੱਕ ਕਹਿੰਦੇ ਆ 1:30 ਵਜੇ, ਇੱਕ ਕਹਿੰਦੇ ਆ 2:30 ਵਜੇ, 3 ਵਾਰੀ ਉਹਨਾਂ ਨੇ ਏਦਾਂ ਇਕੱਠੇ ਕਰਕੇ ਬੰਦੇ ਮਸ਼ੀਨ ਗੰਨਾਂ ਨਾਲ ਕਰਤੇ। ਤੇ ਕਹਿੰਦੇ ਲੋਕੀ ਕੁਰਲਾਉਂਦੇ, ਰੋਂਦੇ, ਚੀਕਾਂ ਮਾਰਦੇ, ਖੂਨ ਦੀਆਂ ਨਦੀਆਂ। ਜਦੋਂ ਲਾਈਟ ਪੈਂਦੀ ਸੀ, ਗੋਲੀ ਆਉਂਦੀ ਸੀ ਜਾਂ ਗੋਲਾ ਸੁੱਟਦੇ ਸੀ ਜਾਂ ਉਹਨਾਂ ਕੋਲ ਟੋਰਚ ਸੀਗੀ, ਤੇ ਫਿਰ ਕਹਿੰਦੇ ਦੱਸਦਾ ਸੀ, ਅਦਰਵਾਈਜ਼ ਤੂੰ ਘੁੱਪ ਹਨੇਰਾ ਸੀ। ਕਹਿੰਦੇ ਚੌਥੀ ਵਾਰੀ ਚ ਜਿਹੜੇ ਰਹਿ ਗਏ ਸੀ ਸਰਾਂ ਦੇ ਵਿੱਚ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਖਿੱਚ ਖਿੱਚ ਕੇ ਲਾਸ਼ਾਂ ਦੇ ਉੱਪਰ ਬਿਠਾਤਾ, ਸਾਡੀ ਵਾਰੀ ਸੀ ਕਹਿੰਦੇ ਹੁਣ ਸ਼ਹੀਦ ਹੋਣ ਦੀ। ਕਹਿੰਦੇ ਕਈ ਥੱਲੇ ਜੀਂਦੇ ਸੀਗੇ, ਕੋਈ ਸ਼ਹੀਦ ਹੋਇਆ ਸੀ। ਕਹਿੰਦੇ ਜਦੋਂ ਚੌਥੀ ਵਾਰੀ ਸਾਨੂੰ ਬਿਠਾਤਾ, ਕਹਿੰਦੇ ਮੈਂ ਅਰਦਾਸ ਕਰਤੀ ਵੀ ਹੁਣ ਭਾਣਾ ਮੰਨ ਲੈਣਾ, ਹੁਣ ਸ਼ਹੀਦੀ ਦਾ ਟਾਈਮ ਆ ਗਿਆ। ਤੇ ਕਹਿੰਦੇ ਜਿਹੜਾ ਉੱਪਰ, ਕਹਿੰਦੇ ਮੈਂ ਤਾਂ ਅੱਖਾਂ ਮੀਟ ਕੇ ਬੈਠ ਗਈ ਵੀ ਹੁਣ ਸ਼ਹੀਦੀ ਦਾ ਟਾਈਮ ਆ ਗਿਆ। ਪਰ ਉੱਪਰੋਂ ਕਹਿੰਦੇ ਵੀ ਜ਼ੋਰ ਦੀ ਵਿਸਲ ਮਾਰੀ, ਬਹੁਤ ਜ਼ੋਰ ਦੀ, ਕੰਟੀਨਿਊ ਫੌਜੀ ਨੇ ਵਿਸਲ ਮਾਰੀ ਤੇ ਉਹ ਭੱਜ ਗਏ, ਬਾਹਰ ਚਲ ਗਏ ਸਾਰੇ। ਕਹਿੰਦੇ ਫਿਰ ਬਾਅਦ ਵਿੱਚ ਮੈਂ ਉਹਨਾਂ ਦੀਆਂ ਗੱਲਾਂ ਤੋਂ ਸੁਣਿਆ ਕਰਕੇ, ਮਾਤਾ ਜੀ ਅੰਡਰਸਟੈਂਡ ਕਰਦੇ ਸੀ ਹਿੰਦੀ, ਕਿ ਪਿੱਛੇ ਆਰਡਰ ਆ ਗਿਆ ਕਿ ਹੁਣ ਹੋਰ ਗੋਲੀ ਨੀ ਮਾਰਨੀ। ਉਹ 4 ਵਜੇ ਦਾ ਟਾਈਮ ਸੀ ਸਵੇਰ ਦਾ। ਕਹਿੰਦੇ ਕਿ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਉਹਨਾਂ ਨੇ ਖੂਨ ਦੀ ਹੋਲੀ ਖੇਡੀ। ਤੇ ਮਾਤਾ ਜੀ ਕਹਿੰਦੇ ਕਿ ਇੱਕ ਬਜ਼ੁਰਗ ਉਹ ਕੁਰਲਾਉਂਦਾ ਰਿਹਾ ਦਿਨ ਤੱਕ, ਉਹਦੀ ਜਾਨ ਨਹੀਂ ਨਿਕਲਦੀ ਸੀ। ਤੇ ਇੱਕ ਬੱਚਾ ਜਿਹੜਾ ਉਹ ਲਾਸ਼ਾਂ ਦੇ ਢੇਰ ਦੇ ਵਿੱਚ ਫਸੇ ਹੋਏ ਸੀ, ਪਰ ਉਹ ਜੀਂਦੇ ਸੀ। ਤੇ ਕਹਿੰਦੇ ਫਿਰ ਸਾਨੂੰ, ਕਹਿੰਦੀ ਮੈਂ ਫਿਰ ਵਾਪਸ ਉੱਥੇ ਜਿੱਥੇ ਬੋਰੀਆਂ ਦੇ ਓਲਾ ਸੀ, ਉੱਥੇ ਥੋੜਾ ਸੇਫ ਸੀ। ਉੱਥੇ ਫਿਰ ਕਹਿੰਦੀ ਸੰਗਰੂਰ ਜ਼ਿਲ੍ਹੇ ਦੀਆਂ ਬੀਬੀਆਂ ਵੀ ਮਾਤਾ ਜੀ ਦੇ ਨਾਲ ਸੀਗੀਆਂ। ਕਹਿੰਦੇ ਫਿਰ ਅਸੀਂ ਉੱਥੇ ਆ ਕੇ ਬਹਿ ਗਈਆਂ ਤੇ ਉਹ ਬੱਚਾ ਤੇ ਬਜ਼ੁਰਗ, ਕਹਿੰਦੇ ਉਹਨਾਂ ਦੀ ਮੋਰਨਿੰਗ ਜਦੋਂ ਦਿਨ ਚੜ ਗਿਆ ਫਿਰ ਉਹਨਾਂ ਦੇ ਪ੍ਰਾਣ ਨਿਕਲੇ। ਤੇ ਇੱਕ ਜਿਹੜੀ ਬੀਬੀ ਸੀਗੀ, ਉਹ ਮੇਰਾ ਖਿਆਲ ਦਿੱਲੀ ਦੀ ਦੱਸਦੇ ਆ ਉਹ, ਹਨਾ, ਕਹਿੰਦੇ ਕਿ ਉਹ ਵੀ ਉਹਨਾਂ ਦੇ ਨਾਲ ਸੀ, ਉਹਦਾ 5 ਸਾਲ ਦਾ ਬੱਚਾ ਸੀ। ਤੇ ਉਹ ਕਹਿੰਦੇ ਕਿ ਲਾਸ਼ਾਂ ਦੇ ਉਹਦੇ ਗੋਲੀ ਬੱਚੀ ਨੀ, ਜਦੋਂ ਉਹਨਾਂ ਨੇ ਮਸ਼ੀਨ ਗੰਨ ਚਲੇ ਨਾ ਉਹ ਬਚ ਗਈ, ਪਰ 5 ਸਾਲ ਦਾ ਬੱਚਾ ਆਪਣੀ ਛਾਤੀ ਦੇ ਨਾਲ ਲਾ ਕੇ ਤੇ ਕਹਿੰਦੇ ਲਾਸ਼ਾਂ ਦੇ ਢੇਰ ਦੇ ਵਿੱਚ ਪਈ ਰਹੀ ਕਿ ਮੈਂ ਮਰੀ ਹੋਈ ਆ। ਤੇ ਕਹਿੰਦੇ ਜਦੋਂ ਉਹ ਭੱਜ ਗਏ ਸਾਰੇ ਬਾਹਰ, ਹਨਾ, ਦੇਖਿਆ ਹੁਣ ਕੋਈ ਨੀ ਦਿਸਦਾ ਤੇ ਟੋਰਚ ਦੀ ਲਾਈਟ ਪਈ ਉੱਤੇ, ਕਹਿੰਦੀ ਉਹ ਭੱਜ ਕੇ ਸਾਡੇ ਕੋਲ ਬੋਰੀਆਂ ਦੇ ਲਿਆ ਕੇ ਬਹਿ ਗਈ। ਕਹਿੰਦੀ ਮੈਂ ਤਾਂ ਸਾਰੀ ਰਾਤ ਦੀ ਇੱਥੇ ਵਿੱਚ ਪਈ ਆ ਲਾਸ਼ ਬਣ ਕੇ, ਪਰ ਮੈਂ ਬਚ ਗਈ ਆ। ਏਦਾਂ ਦੀ ਇੱਕ ਨੋਰਮਲ ਇਨੋਸੈਂਟ ਸੰਗਤ ਉੱਥੇ ਗਈ ਸੀ, ਉਹ ਕੋਈ ਅੱਤਵਾਦੀ ਨਹੀਂ ਸੀ, ਨਾ ਮੇਰੇ ਪਿਤਾ ਜੀ ਅੱਤਵਾਦੀ ਸੀ, ਨਾ ਮਾਤਾ ਜੀ ਅੱਤਵਾਦੀ ਸੀ, ਤੇ ਨਾ ਉਹ ਜਿਹੜੀ ਸੰਗਤ ਸੰਗਰੂਰ ਜ਼ਿਲ੍ਹੇ ਦੇ ਆਏ ਹੋਏ ਜਿਹੜੇ ਮਾਤਾ ਜੀ ਦੇ ਨਾਲ ਸੀ ਸੰਗਤਾਂ ਰਹੀਆਂ 6 ਦਿਨ, ਟੋਟਲੀ ਇਨੋਸੈਂਟ। ਤੇ ਮਾਤਾ ਜੀ ਕਹਿੰਦੇ ਕਿ ਇਹ ਸਾਰੀ ਗੌਰਮੈਂਟ ਦੀ ਚਾਲ ਸੀ, ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ, ਤੇ ਉਹਨਾਂ ਨੇ ਇਹ ਖੂਨ ਦੀ ਹੋਲੀ ਖੇਡੀ। ਫਿਰ 6ਵੇਂ ਦਿਨ ਉਹਨਾਂ ਨੇ
हाथ खड़े करा के बंदियां नूं भी लागे, सानू बुढ़िया नूं वक्खरे लागे। ते माता जी कहिंदे कि मेरा मन इन्ना खराब होया कि मैं कहा मेरे सिंह साहब आप शहीद हो गए, मैनू कल्ली नूं छड्ड गए। कहिंदे मैं कहा मैनू छड्ड गए, मैं शहीद क्यों नहीं हुई नाल। फिर कहिंदे जदों मैं ते ही सोचा शहीद हो गया, पर कहिंदे जदों साडे हाथ उन्होंने बन्न ले सी पिछे सारिया दे, ते बंदियां दे भी बन्ने हुए सी, ते कहिंदे सानू ग्रुपां च बिठाउंदे सी बाहर लैके जाण लई। ते कहिंदे बस दे विच सिंह चढ़ाए सी उन्होंने, ते कहिंदे जदों बस तुरी ते बस दा मूंह इधर नूं होया, साडा ग्रुप उन्होंने बाहर गेट दे कोल बिठाया सी। कहिंदे तेरे पिता जी सब तों मूहरे बैठे सी बस च, उन्हां दे कपड़ा कोई नहीं पाया सी, कल्ला जूड़ा सी सिर ते, ते तेल कशहरा पाया होना। कहिंदे उत्तों मैनूं दिसिया ते कहिंदी मेरे साह आया कि मेरा सिंह शहीद नहीं होया, जींदा है।